ਚੰਡੀਗੜ੍ਹ ਪੁਲਿਸ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ, ਜਿਹਦੇ ਵਿੱਚ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ। ਕਿਸ਼ਨਗੜ੍ਹ ਦੇ ਵਿੱਚ ਇੱਕ ਨਰਸਰੀ ਬਲੂਮਿੰਗ ਡੇਲ ਨਰਸਰੀ ਦੇ ਨਾਂ ਤੇ ਪੌਪੀ ਹਸ ਦੀ ਕਲਟੀਵੇਸ਼ਨ ਕੀਤੀ ਜਾ ਰਹੀ ਸੀ ਔਰ ਕਾਫੀ ਦਿਨਾਂ ਤੋਂ ਇਹ ਕੰਮ ਚੱਲ ਰਿਹਾ ਸੀਗਾ, ਜਿਸ ਨੂੰ ਲੈ ਕੇ ਇੱਕ ਟਿਪ ਆਫ ਸੀ, ਸੀਕਰੈਟ ਇਨਫੋਰਮੇਸ਼ਨ ਸੀ ਡਿਸਟੀਸੀ ਨੂੰ, ਡਿਸਟ੍ਰਿਕਟ ਕ੍ਰਾਈਮ ਸੈੱਲ ਨੂੰ। ਔਰ ਉਸ ਤੋਂ ਬਾਅਦ ਜਦ ਰੇਡ ਕੀਤੀ ਗਈ ਲੇਟ ਨਾਈਟ, ਤਾਂ ਇਹ ਸਾਰੀ ਚੀਜ਼ਾਂ ਰਿਕਵਰ ਕੀਤੀ ਗਈ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਡਿਪਟੀ ਸਾਹਿਬ, ਇਹ ਕਹਿ ਸਕਦੇ ਹਾਂ ਕਿ ਫਸਟ ਟਾਈਮ ਇਨ ਚੰਡੀਗੜ੍ਹ ਮੇਜਰ ਬ੍ਰੇਕ ਥਰੂ ਹੈ, ਇਹ ਅਰੈਸਟ ਕੀਤੇ ਗਏ ਨੇ। ਇਹ ਪੂਰੀ ਇਨਫੋਰਮੇਸ਼ਨ ਕੀ ਸੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ? ਦੇਖੋ, ਇਹ ਚੰਡੀਗੜ੍ਹ 'ਚ ਜਿਹੜੀ ਪੋਪੀ ਹਸਕ ਦੀ ਕਲਟੀਵੇਸ਼ਨ ਹੈ, ਫਸਟ ਟਾਈਮ ਕੇਸ ਰਜਿਸਟਰਡ ਹੋਇਆ ਔਰ ਡੀਸੀਸੀ ਦੇ ਕੋਲ ਇਹ ਇਨਫੋਰਮੇਸ਼ਨ ਸੀ ਤੇ ASI ਰਾਹੁਲ ਪੈਟਰੋਲਿੰਗ ਡਿਊਟੀ ਤੇ ਸੀ, ਉਹਨਾਂ ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਬਲੂਮਿੰਗ ਡੇਲ ਨਰਸਰੀ ਹੈ ਜਿਹੜੀ, ਇਹਦੇ 'ਚ ਪੋਪੀ ਹਸਕ ਦੀ ਕਲਟੀਵੇਸ਼ਨ ਹੋ ਰਹੀ ਹੈ। ਸੋ ਉਸ ਇਨਫੋਰਮੇਸ਼ਨ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਔਰ ਮੌਕੇ ਤੇ ਪਹੁੰਚ ਕੇ ਵੈਰੀਫਾਈ ਕੀਤਾ ਤੇ ਮੈਨੂੰ ਉਹਨਾਂ ਨੇ ਮੌਕੇ ਤੇ ਬੁਲਾਇਆ ਤੇ ਮੈਂ ਵੀ ਫੈਕਟਸ ਵੈਰੀਫਾਈ ਕੀਤੇ ਔਰ ਮੇਰੀ ਹਾਜ਼ਰੀ 'ਚ ਉਹਨਾਂ ਨੇ ਜਿਹੜੀ ਹੈਗੀ ਫਰਦਰ ਕਾਰਵਾਈ ਉਹ ਜਿਹੜੀ ਕੀਤੀ ਹੈਗੀ। ਔਰ ਦੋ ਜਿਹੜੇ ਬੰਦੇ ਹੈਗੇ, ਇੱਕ ਸਮੀਰ ਕਾਲੀਆ ਔਰ ਇੱਕ ਸੀਆਰਾਮ ਗਾਰਡਨਰ, ਸਮੀਰ ਕਾਲੀਆ ਜਿਹੜਾ ਉਹਦਾ ਓਨਰ ਹੈਗਾ ਨਰਸਰੀ ਦਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ 725 ਪੌਦੇ ਜਿਹੜੇ ਪੋਪੀ ਹਸਕ ਦੇ 20 ਕਿਲੋ 570 ਗ੍ਰਾਮ ਦੇ ਜਿਨ੍ਹਾਂ ਦਾ ਵੇਟ ਸੀ ਉਹ ਹੋਏ ਹੈ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣਗੇ ਤੇ ਫਿਰ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਡਿਪਟੀ ਸਾਹਿਬ, ਕਿੰਨੇ ਦਿਨਾਂ ਤੋਂ ਇਹ ਕੰਮ ਚੱਲ ਰਿਹਾ ਸੀਗਾ ਤੇ ਅੱਗੇ ਕਿਸ ਨੂੰ ਸਪਲਾਈ ਹੋ ਰਹੀ ਸੀ? ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਕੁਝ ਚੀਜ਼ਾਂ ਸਾਹਮਣੇ ਆਈ? ਇਹ ਕੁਝ ਨਹੀਂ ਪਤਾ ਹਲੇ, ਅਸੀਂ ਪੁਲਿਸ ਰਿਮਾਂਡ ਲਵਾਂਗੇ, ਇਟਸ ਏ ਪਾਰਟ ਆਫ ਫਰਦਰ ਇਨਵੈਸਟੀਗੇਸ਼ਨ। ਕਿਉਂਕਿ ਸਰ, ਜਿਹੜਾ ਸਪੌਟ ਹੈ ਜਿੱਥੇ ਨਰਸਰੀ ਹੈ ਉੱਥੇ ਬੜੇ ਵਿਚਾਲੇ ਬਿਲਕੁਲ ਲੁਕੋ ਕੇ ਸਾਰੀ ਜਿਹੜੀ ਹੈਗੀ ਕਲਟੀਵੇਸ਼ਨ ਕੀਤੀ ਹੋਈ ਸੀ, ਪੂਰਾ ਏਰੀਆ ਜਿਹੜਾ ਹੈਗਾ ਉਹ ਤੁਸੀਂ ਸਰਚ ਵੀ ਕੀਤਾ ਹੋਣਾ, ਕਿਉਂਕਿ ਨੇੜੇ ਤੇੜੇ ਸਾਰੀ ਨਰਸਰੀਜ਼ ਨੇ, ਉਸ ਨੂੰ ਲੈ ਕੇ ਵੀ ਸਰਚ ਜਿਹੜਾ ਹੈ ਉਹ ਕੀਤਾ ਜਾ ਰਿਹਾ? ਹਾਂ, ਉਹ ਜਿਹੜੇ ਆਪਣਾ ਕੰਸਰਨਡ SHO ਹੈ ਉਹ ਦੇਖ ਰਹੇ ਹੈ ਭਾਈ, ਅਸੀਂ ਹਲੇ ਦੂਸਰੀਆਂ ਨਰਸਰੀਆਂ ਸਰਚ ਨਹੀਂ ਕੀਤੀਆਂ, ਸਿਰਫ ਇਹੀ ਕੀਤੀ ਹੈ ਜਿਹੜਾ ਸਾਨੂੰ ਮਿਲਿਆ ਉਹਦੇ ਅਗੇਂਸਟ ਅਸੀਂ ਮੁਕਦਮਾ ਦਰਜ ਕਰ। ਸਮੀਰ ਕਾਲੀਆ ਦੇ ਹੋਰ ਵੀ ਕੀ ਕੰਮ ਨੇ ਸਰ ਇੱਥੇ ਚੰਡੀਗੜ੍ਹ ਦੇ? ਸਮੀਰ ਕਾਲੀਆ ਦਾ ਇੱਕ ਸੀਡ ਸਟੋਰ ਹੈ ਮੰਡੀ 'ਚ, ਬਾਕੀ ਫਰਦਰ ਹਲੇ ਕੁਛ ਨਹੀਂ ਪਤਾ। ਇਹ ਨਰਸਰੀ ਸਰ ਇਹਦੀ ਹੈ ਜਾਂ ਇਹਨੇ ਐਗਰੀਮੈਂਟ ਤੇ ਲਈ? ਇਹਨੇ ਐਗਰੀਮੈਂਟ ਤੇ ਲਈ। ਠੀਕ ਹੈ, ਤੇ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੁਝ ਹੋਰ ਚੀਜ਼ਾਂ ਜਿਹੜੀ ਹੈਗੀ ਸਾਹਮਣੇ ਆਈ? ਜਿਹੜਾ ਮੈਨੇਜਰ ਹੈ ਮਾਲੀ, ਉਹ ਜਾਣਦਾ ਸੀ ਸਾਰੀ ਚੀਜ਼ਾਂ ਨੂੰ? ਹਾਂ, ਮਾਲੀ ਨੂੰ ਪਤਾ ਸੀ ਕਿਉਂਕਿ ਸਮੀਰ ਨੇ ਹੀ ਇਹ ਉਹਨੂੰ ਪੋਪੀ ਹਸਕ ਦਿੱਤੀ ਸੀ ਬੀਜਣ ਨੂੰ। ਠੀਕ ਹੈ, ਤੇ ਬਿਲਕੁਲ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ, ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਹੋਰ ਖੁਲਾਸੇ ਹੋ ਸਕਦੇ ਨੇ, ਕਿਉਂਕਿ ਇਹਦੇ ਵਿੱਚ ਜਿਹੜੇ 725 ਕਰੀਬ ਓਪੀਅਮ ਪਲਾਂਟਸ ਮਿਲੇ ਨੇ ਜਿਨ੍ਹਾਂ ਦਾ ਵੇਟ 20 ਕਿਲੋ 570 ਜਿਹੜਾ ਹੈਗਾ ਉਹ ਹੈਗਾ, ਉਹਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਹੋਰ ਕੌਣ ਕੌਣ ਲੋਕ ਇਹਦੇ ਵਿੱਚ ਸ਼ਾਮਿਲ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਦੀ ਰਿਪੋਰਟ। ਚੰਡੀਗੜ੍ਹ ਪੁਲਿਸ ਦੀ ਡਿਸਟ੍ਰਿਕਟ ਕ੍ਰਾਈਮ ਸੈੱਲ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ, ਜਿਹਦੇ ਵਿੱਚ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ। ਕਿਸ਼ਨਗੜ੍ਹ ਦੇ ਵਿੱਚ ਇੱਕ ਨਰਸਰੀ ਬਲੂਮਿੰਗ ਡੇਲ ਨਰਸਰੀ ਦੇ ਨਾਂ ਤੇ ਪੌਪੀ ਹਸ ਦੀ ਕਲਟੀਵੇਸ਼ਨ ਕੀਤੀ ਜਾ ਰਹੀ ਸੀ ਔਰ ਕਾਫੀ ਦਿਨਾਂ ਤੋਂ ਇਹ ਕੰਮ ਚੱਲ ਰਿਹਾ ਸੀਗਾ, ਜਿਸ ਨੂੰ ਲੈ ਕੇ ਇੱਕ ਟਿਪ ਆਫ ਸੀ, ਸੀਕਰੈਟ ਇਨਫੋਰਮੇਸ਼ਨ ਸੀ ਡਿਸਟੀਸੀ ਨੂੰ, ਡਿਸਟ੍ਰਿਕਟ ਕ੍ਰਾਈਮ ਸੈੱਲ ਨੂੰ। ਔਰ ਉਸ ਤੋਂ ਬਾਅਦ ਜਦ ਰੇਡ ਕੀਤੀ ਗਈ ਲੇਟ ਨਾਈਟ, ਤਾਂ ਇਹ ਸਾਰੀ ਚੀਜ਼ਾਂ ਰਿਕਵਰ ਕੀਤੀ ਗਈ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਡਿਪਟੀ ਸਾਹਿਬ, ਇਹ ਕਹਿ ਸਕਦੇ ਹਾਂ ਕਿ ਫਸਟ ਟਾਈਮ ਇਨ ਚੰਡੀਗੜ੍ਹ ਮੇਜਰ ਬ੍ਰੇਕ ਥਰੂ ਹੈ, ਇਹ ਅਰੈਸਟ ਕੀਤੇ ਗਏ ਨੇ। ਇਹ ਪੂਰੀ ਇਨਫੋਰਮੇਸ਼ਨ ਕੀ ਸੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ? ਦੇਖੋ, ਇਹ ਚੰਡੀਗੜ੍ਹ 'ਚ ਜਿਹੜੀ ਪੋਪੀ ਹਸਕ ਦੀ ਕਲਟੀਵੇਸ਼ਨ ਹੈ, ਫਸਟ ਟਾਈਮ ਕੇਸ ਰਜਿਸਟਰਡ ਹੋਇਆ ਔਰ DCC ਦੇ ਕੋਲ ਇਹ ਇਨਫੋਰਮੇਸ਼ਨ ਸੀ ਤੇ ASI ਰਾਹੁਲ ਪੈਟਰੋਲਿੰਗ ਡਿਊਟੀ ਤੇ ਸੀ, ਉਹਨਾਂ ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਬਲੂਮਿੰਗ ਡੇਲ ਨਰਸਰੀ ਹੈ ਜਿਹੜੀ, ਇਹਦੇ 'ਚ ਪੋਪੀ ਹਸਕ ਦੀ ਕਲਟੀਵੇਸ਼ਨ ਹੋ ਰਹੀ ਹੈ। ਸੋ ਉਸ ਇਨਫੋਰਮੇਸ਼ਨ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਔਰ ਮੌਕੇ ਤੇ ਪਹੁੰਚ ਕੇ ਵੈਰੀਫਾਈ ਕੀਤਾ ਤੇ ਮੈਨੂੰ ਉਹਨਾਂ ਨੇ ਮੌਕੇ ਤੇ ਬੁਲਾਇਆ ਤੇ ਮੈਂ ਵੀ ਫੈਕਟਸ ਵੈਰੀਫਾਈ ਕੀਤੇ ਔਰ ਮੇਰੀ ਹਾਜ਼ਰੀ 'ਚ
ਉਹਨਾਂ ਨੇ ਜਿਹੜੀ ਹੈਗੀ ਫਰਦਰ ਕਾਰਵਾਈ ਉਹ ਜਿਹੜੀ ਕੀਤੀ ਹੈਗੀ। ਔਰ ਦੋ ਜਿਹੜੇ ਬੰਦੇ ਹੈਗੇ, ਇੱਕ ਸਮੀਰ ਕਾਲੀਆ ਔਰ ਇੱਕ ਸੀਆ ਰਾਮ ਗਾਰਡਨਰ, ਸਮੀਰ ਕਾਲੀਆ ਜਿਹੜਾ ਉਹਦਾ ਓਨਰ ਹੈਗਾ ਨਰਸਰੀ ਦਾ, ਉਹਨਾਂ ਨੂੰ ਗ੍ਰਿਫਤਾਰ ਕੀਤਾ। ਔਰ 725 ਪੌਦੇ ਜਿਹੜੇ ਪੋਪੀ ਹਸਕ ਦੇ, 20 ਕਿਲੋ 570 ਗ੍ਰਾਮ ਦੇ ਜਿਨ੍ਹਾਂ ਦਾ ਵੇਟ ਸੀ ਉਹ ਹੋਏ ਹੈ, ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣਗੇ ਤੇ ਫਿਰ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ। ਡਿਪਟੀ ਸਾਹਿਬ, ਕਿੰਨੇ ਦਿਨਾਂ ਤੋਂ ਇਹ ਕੰਮ ਚੱਲ ਰਿਹਾ ਸੀਗਾ ਤੇ ਅੱਗੇ ਕਿਸ ਨੂੰ ਸਪਲਾਈ ਹੋ ਰਹੀ ਸੀ? ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਚੀਜ਼ਾਂ ਸਾਹਮਣੇ ਆਈ? ਇਹ ਕੁਝ ਨਹੀਂ ਪਤਾ ਹਾਲੇ, ਅਸੀਂ ਪੁਲਿਸ ਰਿਮਾਂਡ ਲਵਾਂਗੇ, ਇਟਸ ਏ ਪਾਰਟ ਆਫ ਫਰਦਰ ਇਨਵੈਸਟੀਗੇਸ਼ਨ। ਕਿਉਂਕਿ ਸਰ ਜਿਹੜਾ ਸਪੋਟ ਹੈ ਜਿੱਥੇ ਨਰਸਰੀ ਹੈ ਉੱਥੇ ਬੜੇ ਵਿਚਾਲੇ ਬਿਲਕੁਲ ਲੁਕੋ ਕੇ ਸਾਰੀ ਜਿਹੜੀ ਹੈਗੀ ਕਲਟੀਵੇਸ਼ਨ ਕੀਤੀ ਹੋਈ ਸੀ। ਪੂਰਾ ਏਰੀਆ ਜਿਹੜਾ ਹੈਗਾ ਉਹ ਤੁਸੀਂ ਸਰਚ ਵੀ ਕੀਤਾ ਹੋਣਾ, ਕਿਉਂਕਿ ਨੇੜੇ ਤੇੜੇ ਸਾਰੀ ਨਰਸਰੀਜ਼ ਨੇ, ਉਸ ਨੂੰ ਲੈ ਕੇ ਵੀ ਸਰਚ ਜਿਹੜਾ ਹੈ ਉਹ ਕੀਤਾ ਜਾ ਰਿਹਾ? ਹਾਂ, ਉਹ ਜਿਹੜੇ ਆਪਣਾ ਕੰਸਰਨਡ SHO ਹੈ ਉਹ ਦੇਖ ਰਹੇ ਹੈ ਪਰ ਅਸੀਂ ਹਲੇ ਦੂਸਰੀਆਂ ਨਰਸਰੀਆਂ ਸਰਚ ਨਹੀਂ ਕੀਤੀਆਂ, ਸਿਰਫ ਇਹੀ ਕੀਤੀ ਹੈ ਜਿਹੜਾ ਸਾਨੂੰ ਮਿਲਿਆ ਉਹਦੇ ਅਗੇਂਸਟ ਅਸੀਂ ਮੁਕਦਮਾ ਦਰਜ ਕਰ। ਸਮੀਰ ਕਾਲੀਆ ਦੇ ਹੋਰ ਵੀ ਕੀ ਕੰਮ ਨੇ ਸਰ ਇੱਥੇ ਚੰਡੀਗੜ੍ਹ ਦੇ? ਸਮੀਰ ਕਾਲੀਆ ਦਾ ਇੱਕ ਸੀਡ ਸਟੋਰ ਹੈ ਮੰਡੀ ਚ, ਬਾਕੀ ਫਰਦਰ ਹਲੇ ਕੁਛ ਨਹੀਂ ਪਤਾ। ਇਹ ਨਰਸਰੀ ਸਰ ਇਹਦੀ ਹੈ ਜਾਂ ਇਹਨੇ ਐਗਰੀਮੈਂਟ ਤੇ ਲਈ ਹੋਈ? ਇਹਨੇ ਐਗਰੀਮੈਂਟ ਤੇ ਲਈ। ਠੀਕ ਹੈ, ਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੁਝ ਹੋਰ ਚੀਜ਼ਾਂ ਜਿਹੜੀ ਹੈਗੀ ਸਾਹਮਣੇ ਆਈ? ਇਹਦਾ ਜਿਹੜਾ ਮੈਨੇਜਰ ਹੈ ਮਾਲੀ ਉਹ ਜਾਣਦਾ ਸੀ ਸਾਰੀ ਚੀਜ਼ਾਂ ਨੂੰ? ਹਾਂ, ਮਾਲੀ ਨੂੰ ਪਤਾ ਸੀ ਕਿਉਂਕਿ ਸਮੀਰ ਨੇ ਹੀ ਇਹ ਉਹਨੂੰ ਪੋਪੀ ਹਸਕ ਦਿੱਤੀ ਸੀ ਬੀਜਣ ਨੂੰ। ਠੀਕ ਹੈ, ਤੇ ਬਿਲਕੁਲ ਲਗਾਤਾਰ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ, ਹੋਰ ਵੀ ਕਈ ਚੀਜ਼ਾਂ ਨੂੰ ਲੈ ਕੇ ਹੋਰ ਖੁਲਾਸੇ ਹੋ ਸਕਦੇ ਨੇ, ਕਿਉਂਕਿ ਇਹਦੇ ਵਿੱਚ ਜਿਹੜੇ 725 ਕਰੀਬ ਓਪੀਅਮ ਪਲਾਂਟਸ ਮਿਲੇ ਨੇ ਜਿਨ੍ਹਾਂ ਦਾ ਵੇਟ 20 ਕਿਲੋ 570 ਜਿਹੜਾ ਹੈਗਾ ਉਹ ਹੈਗਾ, ਉਹਨੂੰ ਲੈ ਕੇ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਹੋਰ ਕੌਣ ਕੌਣ ਲੋਕ ਇਹਦੇ ਵਿੱਚ ਸ਼ਾਮਿਲ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ ਜਿਹੜੀ